ਸਤਿ ਸ਼੍ਰੀ ਅਕਾਲ ਜੀ। ਪਿਛਲੇ ਕੁਛ ਦਿਨਾਂ ਤੋਂ ਹੈਗਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦਾ ਇੱਕ ਮਾਮਲਾ ਬਹੁਤ ਜ਼ਿਆਦਾ ਭਖਦਾ ਨਜ਼ਰ ਆਉਂਦਾ ਪਿਆ ਹੈਗਾ। ਸਾਡੇ ਨਾਲ ਜੁੜ ਚੁੱਕੇ ਨੇ ਜੋਤੀ ਅਰੋੜਾ ਜੀ, ਜੋ ਕਿ ਵਾਰਡ ਨੰਬਰ 9 ਦੇ ਇੰਚਾਰਜ ਵੀ ਗਏ ਨੇ, ਇੱਕ ਹਲਕਾ ਕੋਆਰਡੀਨੇਟਰ ਵੀ ਗਏ। ਉਹਨਾਂ ਕੋਲ ਪੁੱਛਦੇ ਹਾਂ ਕਿ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ, ਮੇਰੀਆਂ ਭੈਣਾਂ ਨੂੰ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਭਾਜੀ ਤੁਸੀਂ ਦੱਸ ਰਹੇ ਹੋ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜੀ ਚੀਜ਼ ਆ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ, ਮੈਂ ਇਹਦੇ ਬਾਰੇ 'ਚ ਇਹੀ ਕਹਿਣਾ ਚਾਹਾਂਗੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਧਰਮ ਸਥਾਨ ਜਿਹੜੇ ਹੈ ਉਹ ਲੋਕਾਂ ਦੀ ਭਾਵਨਾਵਾਂ ਨਾਲ ਜੁੜੇ ਹੁੰਦੇ ਹੈ। ਹਰ ਧਰਮ ਸਥਾਨ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਅਤੇ ਸਾਨੂੰ ਉਹ ਚੀਜ਼ਾਂ ਉੱਥੇ ਜਾ ਕੇ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਕਿ ਉਹਨਾਂ ਦੀ ਮਰਿਆਦਾ ਨੂੰ ਠੇਸ ਪਹੁੰਚੇ ਜਾਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਦੂਸਰੀ ਚੀਜ਼ ਇਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਹਾਂਜੀ ਜੀ, ਜੇ ਮੰਨ ਲਓ ਤੁਹਾਡੇ ਕੋਲ ਕੋਈ ਗਲਤੀ ਹੋ ਵੀ ਗਈ ਹੈ ਕਿਸੇ ਇਸ ਤਰ੍ਹਾਂ ਦੀ, ਤੇ ਸਾਨੂੰ ਉਸ ਚੀਜ਼ ਨੂੰ ਐਕਸੈਪਟ ਕਰਕੇ ਮਾਫ਼ੀ ਮੰਗ ਲੈਣੀ ਚਾਹੀਦੀ ਆ। ਲੇਕਿਨ ਇਹਦੇ ਜਿਹੜੇ ਉਲਟ ਉਹਨਾਂ ਨੇ ਕੀ ਕੀਤਾ ਕਿ ਧਮਕੀ ਭਰੇ ਲਹਿਜੇ ਦੇ ਵਿੱਚ ਉਹਨਾਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਤੁਸੀਂ ਮੇਰੇ ਖਿਲਾਫ਼ ਕੀਤੀ FIR ਵਾਪਸ ਨਹੀਂ ਲਓਗੇ ਅਤੇ ਮੈਂ ਆਪਣੇ ਵੱਲੋਂ, ਮੇਰੀ ਟੀਮ ਵੱਲੋਂ ਤੁਹਾਡੇ ਖਿਲਾਫ਼ ਜਿਹੜੀ ਆ ਬੰਦੀ ਕਾਰਵਾਈ ਕੀਤੀ ਜਾਏਗੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਮੈਮ ਇੱਕ ਫਿਰ ਜਿਹੜੀ ਕੱਲ੍ਹ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਹੈ, ਜਿਹੜੀ ਕਿ ਉਹਨਾਂ ਵੱਲੋਂ ਅਰਚਨਾ ਵੱਲੋਂ ਪਾਈ ਗਈ, ਜਿਹਦੇ ਵਿੱਚ ਉਹਨਾਂ ਵੱਲੋਂ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈਗੀ, ਇੱਕ ਨਾਲ ਦੇ ਨਾਲ ਇੱਕ ਸਕਰੀਨਸ਼ੋਟ ਪਾਇਆ ਗਾ ਜਿਹਦੇ ਉੱਤੇ 2100 ਡੋਨੇਸ਼ਨ ਜਿਹੜੀ ਹੈਗੀ ਆ ਉਹ ਹਰਿਮੰਦਰ ਸਾਹਿਬ ਨੂੰ ਕੀਤੀ ਗਈ। ਇਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਪਏ ਹੋ, ਕਿਉਂਕਿ ਸਾਰਾ ਘਟਨਾਕ੍ਰਮ 'ਤੇ ਕਾਫ਼ੀ ਵਾਧਾ ਹੋਇਆ, ਵਿਵਾਦ ਨਜ਼ਰ ਆਉਂਦਾ ਪਿਆ ਗਾ? ਭਾਜੀ ਸਭ ਤੋਂ ਪਹਿਲੇ ਤਾਂ ਬੜੀ ਮੰਦਭਾਗੀ ਘਟਨਾ ਹੋਈ ਆ ਅਤੇ ਜਿੱਥੋਂ ਤੱਕ ਉਹਨਾਂ ਨੇ ਜਿਹੜੀ ਵੀ ਇਹ ਪੋਸਟ ਪਾਈ ਹੈ ਕਿ ਮੈਂ 2100 ਰੁਪਏ ਦੀ ਡੋਨੇਸ਼ਨ ਦਿੱਤੀ ਹੈ ਜਾਂ ਮੈਂ ਸੇਵਾ ਕਰਦੀ ਪਈ ਹਾਂ, ਉਹ ਇੱਕ ਅਲੱਗ ਚੀਜ਼ ਹੈ। ਉੱਥੇ ਤੁਸੀਂ ਗਏ ਹੋ, ਇੱਕ ਭਾਵ ਲੈ ਕੇ ਗਏ ਹੋ ਬਾਬਾ ਜੀ ਦੇ ਅੱਗੇ, ਹੈ ਨਾ, ਆਪਣੀ ਅਰਦਾਸ ਲੈ ਕੇ ਜਾਂਦਾ ਕੋਈ ਵੀ ਬੰਦਾ। ਜੇ ਤੁਸੀਂ ਉੱਥੇ ਜਾ ਕੇ ਕੋਈ ਡੋਨੇਸ਼ਨ ਵੀ ਦਿੱਤੀ ਹੈ ਤਾਂ ਫਿਰ ਤੁਸੀਂ ਉਹਨੂੰ ਉੱਥੇ ਪਾ ਦਿੱਤਾ ਤਾਂ ਮੈਨੂੰ ਨਹੀਂ ਲੱਗਦਾ ਉਹਦਾ ਕੋਈ ਫਾਇਦਾ ਹੈ, ਹੈ ਨਾ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਹਾਈਲਾਈਟ ਕਰਨ ਦਾ ਕਿ ਹਾਂ ਮੈਂ ਉੱਥੇ ਡੋਨੇਸ਼ਨ ਦਿੱਤੀ, ਸੇਵਾ ਕੀਤੀ ਹੈ। ਉੱਥੇ ਹਰ ਇਨਸਾਨ ਜਿਹੜਾ ਵਾ ਉਹ ਜਦੋਂ ਜਾਂਦਾ ਰੱਬ ਦੇ ਘਰ, ਉੱਥੇ ਜਾ ਕੇ ਮੱਥਾ ਟੇਕਦਾ, ਆਪਣਾ ਸਿਰ ਝੁਕਾਉਂਦਾ ਅਤੇ ਸੇਵਾ ਕਰਨਾ ਜਿਹੜਾ ਉਹ ਇੱਕ ਭਾਵ ਹੁੰਦਾ ਇਨਸਾਨ ਦਾ। ਜੇ ਅਸੀਂ ਉਹਨੂੰ ਵੀ ਇਹ ਚੀਜ਼ ਨੂੰ ਹਾਈਲਾਈਟ ਕਰ ਰਹੇ ਹਾਂ, ਪੋਸਟ ਪਾ ਰਹੇ ਹਾਂ, ਤਾਂ ਇਹ ਚੰਗੀ ਗੱਲ ਨਹੀਂ ਹੈ। ਨਵਾਂ ਵਿਵਾਦ ਇੱਕ ਖੜਾ ਹੋ ਚੁੱਕਾ ਹੈਗਾ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਕਾਫ਼ੀ ਜਿਹੜਾ ਮਸਲਾ ਉਹ ਭੱਖ ਚੁੱਕਾ ਹੈਗਾ ਆ। ਸੁਖਬੀਰ ਸਿੰਘ ਬਾਦਲ ਜੋ ਕਿ ਪ੍ਰਧਾਨ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਜਿਹੜੀ ਗੱਲਾਂ ਕੀਤੀਆਂ ਜਾ ਰਹੀਆਂ ਆ, ਮੈਂ ਕਿਸ ਤਰ੍ਹਾਂ ਦੇਖਦੇ ਇਸ ਨਜ਼ਰੀਏ ਨੂੰ ਤੁਸੀਂ? ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਭਾਜੀ ਵੀਰ ਜੀ, ਤੇ ਇਸ ਟਾਈਮ ਦੇ ਉੱਤੇ ਅਕਾਲੀ ਦਲ ਜਿਹੜਾ ਵਾ ਉਹ ਅਕਾਲੀ ਦਲ ਹੁੰਦਾ ਜਾ ਰਿਹਾ ਵਾ ਤੇ ਹੋ ਵੀ ਗਿਆ ਵਾ। ਕਾਰਨ ਉਹਦਾ ਹੈਗਾ ਕਿ ਜਿਹੜੇ ਆਪਣਾ ਇਹਨਾਂ ਦੇ ਪ੍ਰਧਾਨ ਸਾਹਿਬ ਹੈਗੇ ਆ, ਇਹ ਨਾ ਕਿਸੇ ਵੱਲੋਂ ਇਹਨਾਂ ਨੂੰ ਕੋਈ ਲੱਗਦਾ ਹੈ ਕਿ ਮੈਨੂੰ ਕਿਸੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ ਵਾ। ਦੂਸਰੀ ਚੀਜ਼, ਇਹਨਾਂ ਦੀ ਜਿਹੜੀ ਨੀਤੀਆਂ ਹੈਗੀਆਂ ਵਾ, ਜਦੋਂ 2007 ਤੋਂ ਲੈ ਕੇ 2017 ਤੱਕ ਇਹਨਾਂ ਦੀ ਸਰਕਾਰ ਰਹੀ ਹੈ 10 ਸਾਲ, ਹੁਣ ਉਸ 10 ਸਾਲਾਂ ਦੀ ਸਰਕਾਰ ਦੇ ਵਿੱਚ ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਉਹ ਨਹੀਂ ਹੋਈ। ਜੇ ਆਪਾਂ ਗੱਲ ਕਰੀਏ ਕੋਈ ਬੇਰੁਜ਼ਗਾਰੀ ਦੀ, ਤਦ ਵੀ ਕੁਛ ਨਹੀਂ ਹੋਇਆ। ਜੇ ਆਪਾਂ ਗੱਲ ਕਰੀਏ ਨਸ਼ੇ ਦੀ, ਅੱਤ ਦਾ ਨਸ਼ਾ ਜਿਹੜਾ ਵਾ ਉਹ ਇਹਨਾਂ ਨੇ ਫੈਲਾਇਆ ਵਾ ਅਤੇ ਉਹਦੇ ਕਾਰਨ ਹੀ ਜਿਹੜਾ ਵਾ ਉਹ ਬਹੁਤ ਜ਼ਿਆਦਾ ਵੱਧ ਗਿਆ। ਅਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਸਰਕਾਰ ਆਈ, ਹੁਣ ਇਸ ਤੋਂ ਬਾਅਦ ਇਹਨਾਂ ਨੂੰ ਫਿਰ ਲੱਗਦਾ ਸੀ ਕਿ ਸ਼ਾਇਦ ਸਾਨੂੰ ਲੋਕ ਫਿਰ ਮੌਕਾ ਦੇਣਗੇ, ਪਰ ਇੱਦਾਂ ਦਾ ਕੁਛ ਹੋਇਆ ਨਹੀਂ। 2022 ਦੇ ਵਿੱਚ ਫਿਰ ਲੋਕਾਂ ਦੀ ਸੋਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲ ਗਈ, ਇੱਕ ਚੰਗੀ ਪਾਰਟੀ ਜਿਹੜੀ ਆ ਲੋਕਾਂ ਦੇ ਹੱਕ ਲਈ ਕੰਮ ਕਰਦੀ ਆ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਆਪਣੇ ਆਪ ਦੇ ਉੱਤੇ ਨਾ ਇੱਕ ਵਾਰੀ ਬੈਠ ਕੇ ਵਿਚਾਰ ਵਿਮਰਸ਼ ਜਿਹੜਾ ਮੰਥਨ ਕਰ ਲੈਣਾ ਚਾਹੀਦਾ ਵਾ ਕਿ ਕਿਸ ਤਰ੍ਹਾਂ ਸਾਨੂੰ ਜਿਹੜਾ ਇਹਨਾਂ ਨੂੰ ਆਪਣੀ ਪਾਰਟੀ ਨੂੰ ਸਹੀ ਰੱਖਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਬਾਕੀ ਇਹਨਾਂ ਦਾ ਕੋਈ ਆਉਣ ਵਾਲਾ ਫਿਊਚਰ ਵੀ ਹੈਗਾ। ਇਹ ਸੀ ਮੈਡਮ ਜੋਤੀ ਅਰੋੜਾ ਜੀ, ਜੋ ਕਿ ਵਾਰਡ ਨੰਬਰ 9 ਦੇ ਅੰਮ੍ਰਿਤਸਰ ਤੋਂ ਲਗਾਏ ਨੇ, ਉਹ ਇੰਚਾਰਜ ਨੇਗੇ, ਹਲਕਾ ਕੋਆਰਡੀਨੇਟਰ ਵੀ ਹੈਗੇ ਨੇ, ਕਾਫ਼ੀ ਸੂਝਵਾਨ ਨੇਤਾ ਹੈਗੇ ਨੇ ਔਰ ਕਾਫ਼ੀ ਲੰਬੇ ਸਮੇਂ ਤੋਂ ਉਹਦੀ ਪਾਰਟੀ ਦੇ ਵਿੱਚ ਸੇਵਾ ਆਪਣੀ ਨਿਭਾਉਂਦੇ ਆ ਰਹੇ ਨੇ। ਇਹਨਾਂ ਦੇ ਆਪਣੇ
ਖੁਦ ਦੇ ਵਿਚਾਰ ਹੈਗੇ ਆ ਜਿਹੜੇ ਅਸੀਂ ਅੱਜ ਇੰਟਰਵਿਊ ਦੌਰਾਨ ਜਿਹੜੇ ਹੈਗੇ ਆ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਆ। ਤੁਸੀਂ ਵੀ ਆਪਣੇ ਵਿਚਾਰ ਦਿਓ, ਕਮੈਂਟ ਜ਼ਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਡੇ ਵਰਗੇ ਵੀਰਾਂ ਦਾ ਹੌਸਲਾ ਅਫਜਾਈ ਹੋ ਸਕੇ, ਕਿਉਂਕਿ ਤੁਹਾਡਾ ਪਿਆਰ ਹੀ ਸਾਡੀ ਤਾਕਤ ਹੈਗੀ ਹੈ। ਬਣੇ ਰਹੋ ਸਾਡੇ ਚੈਨਲ ਦੇ ਨਾਲ।